ਚੈੱਕ ਕਰੋ ਯਾਰ, ਚੈੱਕ ਕਰ ਯਾਰ ਸਾਈਜ਼, ਚੈੱਕ ਕਰੋ ਦਾਣੇ ਦਾ, ਸਟ੍ਰਾਬੇਰੀ ਦੇ ਦਾਣੇ ਦਾ। ਫਲ ਇਹ ਵਜਨ ਗਾਜਰ 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 ਯਾਰ, ਨਾ ਮਜ਼ਾਕ ਕਰ ਭਾਈ, ਗਾਜਰ ਚੈੱਕ ਕਰ। ਮੈਂ ਸਾਰਾ ਦੇਖ ਰਿਹਾ, ਪਾਣੀ ਹੁਣੇ ਜਾ ਰਿਹਾ ਉਸ ਪੋਲੇ ਚੋਂ ਗੁਜ਼ਰ ਕੇ। ਇਹ ਕਹਿ ਰਹੇ ਨੇ ਭਾਈ ਬਾਰਿਸ਼ਾਂ ਦੀ ਵਜ੍ਹਾ ਤੋਂ ਜਿਹੜਾ ਸਾਰਾ ਪਾਣੀ ਹੈ ਨਾ ਇਹ ਦਰਿਆ 'ਚ। ਅਸਲਾਮ ਅਲੈਕੁਮ, ਉਮੀਦ ਹੈ ਤੁਸੀਂ ਸਾਰੇ ਖੈਰ ਖਰੀਅਤ ਨਾਲ ਉਸ ਤੋਂ। ਅਤੇ ਅੱਜ ਦਾ ਪੰਜਾਬੀ ਬਲੌਗ ਸਟਾਰਟ ਕਰਨੇ ਆ। ਅਸੀਂ ਫਿਲਹਾਲ ਜਾ ਰਹੇ ਹਾਂ, ਕਿਆ ਹਾਲ ਹੈ ਜਨਾਬ, ਠੀਕ ਹੋ? ਅਤੇ ਅਸੀਂ ਇਸ ਟਾਈਮ ਜਾ ਰਹੇ ਹਾਂ ਫਜ਼ਲ ਭਾਈ ਹੋਰਾਂ ਦੇ ਨਾਲ ਸਟ੍ਰਾਬੇਰੀ ਫਾਰਮ ਚੈੱਕ ਕਰਵਾਉਂਦੇ ਹਾਂ ਸਟ੍ਰਾਬੇਰੀ। ਫਿਲਹਾਲ ਤੇ ਫਜ਼ਲ ਭਾਈ ਸੀਜ਼ਨ ਆਫ ਹੋ ਗਿਆ ਨਾ? ਬਿਲਕੁਲ ਆਫ ਹੋ ਗਿਆ। ਬਿਲਕੁਲ ਸਾਹਮਣੇ ਪੁਰਾਣੀ ਪੁਲ, ਚੌਣ ਪੁਲ ਰਿਹਾ ਹੈ ਜਨਾਬ ਜੀ। ਪਹਿਲੀ ਜਿਹੜੀ ਪੁਰਾਣੀ ਪੁਲ ਆਈ ਉਹ ਆਏ ਹੈ 100 ਸਾਲ ਤੋਂ ਜ਼ਿਆਦਾ, 100 ਰੁਪਏ ਪਹਿਲੇ ਵੀ ਤੁਹਾਨੂੰ ਇੱਕ ਲਾਓ ਕੇ ਦੱਸ ਚੁੱਕਾ, ਇਸ ਤੋਂ ਲਾਓ ਬਣਾ ਚੁੱਕਾ। ਅਸਲਾਮ ਅਲੈਕੁਮ, ਕਿਆ ਹਾਲ ਹੈ, ਠੀਕ ਹੋ? ਇਹ ਹੁਣ ਸੀਜ਼ਨ ਬਾਈ ਐਂਡ ਹੋ ਗਿਆ। ਅੱਛਾ, ਤੇ ਗੱਡੀਆਂ ਵਗੈਰਾ ਇੱਥੇ ਲੋਡ ਹੋ ਕੇ ਕਿਵੇਂ ਨਿਕਲਦੀਆਂ? ਤੋੜ ਕੇ ਫਿਰ ਉਹ ਪੈਕ ਕਰਕੇ ਅੱਗਾ ਮਤਲਬ ਭੇਜਦੇ ਮੰਡੀ ਵਿੱਚ, ਤੇ ਉੱਥੇ ਜਾ ਕੇ ਸੇਲ ਹੁੰਦੀ ਹੈ। ਬਾਕੀ ਇਹਦਾ ਸਾਈਜ਼ ਨਾਰਮਲ ਹੈ, ਇਤਨਾ ਹੀ ਹੁੰਦਾ ਹੈ। ਇਹਦਾ ਸਾਈਜ਼ ਚੈੱਕ ਕਰੋ, ਇਹ ਇਸ ਤਰ੍ਹਾਂ ਦੇ ਪੱਤੇ ਹੁੰਦੇ ਨੇ, ਪੱਤਾ ਤੁਹਾਨੂੰ ਚੈੱਕ ਕਰੋ, ਇਸ ਤਰ੍ਹਾਂ ਦੇ ਪੱਤੇ, ਇਤਨਾ ਇਹਦੀ ਹਾਈਟ ਹੁੰਦੀ ਹੈ, ਇਤਨੇ ਇਸ ਤੋਂ ਜ਼ਿਆਦਾ ਮਤਲਬ ਹਾਈਟ, ਮਤਲਬ ਇਹਦੀ ਗਰੋਥ ਇਤਨੀ ਜ਼ਿਆਦਾ ਕੋਈ ਨਹੀਂ। ਟੋਕਰੀ ਜਿਹੜੀ ਹੈ ਉਹ ਬਾਹਰ ਲਈ ਹੈ, ਬਾਕੀ ਆਹ ਇੱਕ ਰਹਿ ਗਈ ਹੈ ਵੀ ਤਕਰੀਬਨ ਬਾਈ ਫਜ਼ਲ ਹੋਰੀ ਬਾਹਰ ਰਹਿ। ਉਸ ਤੋਂ ਬਾਅਦ ਇਹਦੀ ਪੈਕਿੰਗ ਹੋ ਸੀ ਥੰਬਨੇਲ ਵਾਸਤੇ, ਫੋਟੋ ਐਂ ਸਾਹਮਣੇ ਇੱਕ ਥਿੰਕ ਕਰ। ਤਕਰੀਬਨ ਨਵੰਬਰ ਦਸੰਬਰ ਸਟਾਰਟ ਹੋਈ ਆਈ। ਅੱਛਾ, ਤੇ ਹੁਣ ਤੁਹਾਡੇ ਸਾਹਮਣੇ ਅਪ੍ਰੈਲ ਖਤਮ ਹੀ ਹੋ ਗਏ, ਮਈ ਸਟਾਰਟ ਹੋ ਰਿਹਾ ਸੀ। ਤੇ ਇਸ ਵੇਰੀ ਤੁਸੀਂ ਫਾਇਦੇ 'ਚ ਗਏ ਹੋ ਜਾਂ ਨੁਕਸਾਨ 'ਚ ਗਏ ਹੋ? ਇਸ ਦਫਾ ਖਸਾਰੇ 'ਚ ਬਚ ਗਏ ਹਨ ਓਵਰਆਲ ਸਾਰੇ ਤਕਰੀਬਨ। ਅੱਛਾ, ਇਸ ਵਾਸਤੇ ਮੌਸਮ ਨਾ ਸਾਜ਼ਗਾਰ ਰਿਹਾ ਇਸ ਦਫਾ, ਮਤਲਬ ਇਸ ਵੇਰੀ ਸਰਦੀ ਜ਼ਿਆਦਾ ਪਾਈ ਗਈ ਹੈ। ਸਰਦੀ ਵੀ ਪੂਰਾ ਮਹੀਨਾ ਧੁੰਦਾ ਰਹੀਆਂ ਨੇ, ਉਸ ਸਰਦੀ ਦੀ ਵਜ੍ਹਾ ਤੋਂ ਕਾਫੀ ਅਸਰ ਹੋਇਆ ਇਸ ਤੇ। ਬਾਰਿਸ਼ ਜਿਹੜੀ ਹੈ ਨਾ ਇਸ ਵਾਸਤੇ ਬੜੀ ਖਤਰਨਾਕ ਸਾਬਤ, ਬਾਰਿਸ਼ ਇਸ ਵਾਸਤੇ ਨੁਕਸਾਨਦੇਹ ਬਹੁਤ ਜ਼ਿਆਦਾ। ਕਿਉਂ, ਉਸ ਦੀ ਵਜ੍ਹਾ ਤੋਂ ਕੀ ਫਲ ਗਲ ਜਾਂਦਾ? ਫਲ ਜਿਹੜਾ ਨਾ ਇਸ ਨੂੰ ਮਤਲਬ, ਹਾਂ ਇੱਕ ਨਰਮ ਹੁੰਦਾ, ਗੋਦਾ ਹੁੰਦਾ ਹੈ ਬਿਲਕੁਲ, ਅਗਲਾ ਡਹਿ ਗਿਆ। ਹਾਂ, ਇਹ ਜਗ੍ਹਾ ਇਹਨਾਂ ਦੀ ਜ਼ਖਮੀ ਹੋ ਜਾਂਦੀ ਆ। ਸਹੀ, ਨਰਮ ਕਿਸਮ ਦਾ ਹੁੰਦਾ ਨਾ ਗੋਦਾ, ਅਗਰ ਬਾਰਿਸ਼ ਪੈ ਜਾਵੇ ਤੇ ਗਲ ਜਾਂਦਾ ਮੋਟਗਾ ਤੰਦਰੁਸਤ। ਅੱਛਾ, ਮਾਸ਼ਾਅੱਲਾ, ਬੜਾ ਮੈਂ ਨਾ, ਇਹ ਤੁਸੀਂ ਐਂਡ ਤੇ ਆਇਓ ਬਾਈ ਜਾਨ, ਜਿਸ ਟਾਈਮ ਇਸ ਤੇ ਰੁੱਤ ਆਈ ਉਸ ਟਾਈਮ ਤੇ ਸਾਰਾ ਫਲ ਇਸ ਤਰ੍ਹਾਂ ਦਾ ਆਈ ਮਾਸ਼ਾਅੱਲਾ। ਅੱਛਾ, ਚੈੱਕ ਕਰ ਯਾਰ ਸਾਈਜ਼, ਚੈੱਕ ਕਰੋ ਦਾਣੇ ਦਾ, ਸਟ੍ਰਾਬੇਰੀ ਦੇ ਦਾਣੇ ਦਾ, ਫਲ ਦਾ, ਚੈੱਕ ਕਰ ਯਾਰ। ਹਾਏ ਹਾਏ ਹਾਏ, ਆਰਾਮ ਆਰਾਮ, ਇੱਥੇ ਇੱਥੇ ਤੂੰ ਤਰੋੜੇ ਤੂੰ ਥੱਲੋਂ। ਹਾਏ 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 ਹਾਏ, ਓਏ ਹੋਏ, ਕੀ ਬਾਤ ਹੈ, ਮਜ਼ਾ, ਸੁਭਾਨ ਅੱਲਾ। ਇਹ ਤੇ ਸਮਾਲ ਸਾਈਜ਼ ਇਹਨਾਂ ਦੇ, ਲਾਰਜ ਐਕਸਟਰਾ ਲਾਰਜ ਐਕਸਐਲ ਐਕਸਐਲ।
ਤੁਹਾਨੂੰ ਵਿਖਾਈ ਅੱਗੇ ਕੀ ਸਰਪ੍ਰਾਈਜ਼ ਹੈ ਜਿਹੜਾ ਭਾਈ ਹੋਰੀ ਦੱਸ ਰਿਹਾ ਨਾ ਬਈ ਇੱਕ ਸਰਪ੍ਰਾਈਜ਼ ਦੇ ਦੱਸਣਾ ਨਹੀਂ ਪਤਾ ਕਰਨੇ ਹਾਂ ਕੀ ਸਰਪ੍ਰਾਈਜ਼ ਸਾਨੂੰ ਦੇਵਣ ਵਾਲੇ ਨਾਲ ਪਏ ਅਸਲਾਮ ਅਲੈਕੁਮ ਕੀ ਹਾਲ ਹੈ ਜੀ ਪਤਾ ਥੋੜ੍ਹੀ ਰੈਸਟ ਨਾ ਕਰੀਏ ਬਾਈ ਨਹੀਂ ਰੈਸਟ ਸਾਰਾ ਟਾਈਮ ਨਹੀਂ ਆਪਣੇ ਕੋਲ ਸਰਪ੍ਰਾਈਜ਼ ਦੇ ਕੀ ਸਰਪ੍ਰਾਈਜ਼ ਹੈ ਬਾਈ ਕੀ ਹੈ ਇਸ ਨੂੰ ਇਹਦੇ ਬਾਰਿਸ਼ ਦਾ ਪਾਣੀ ਪਾਉਂਦਾ ਤਾਂ ਇਹ ਬਾਰਿਸ਼ ਦੇ ਪਾਣੀ ਤੇ ਬਾਈ ਚੱਲਦਾ ਰਕਸ਼ਾ ਇਹਦੇ ਵੇਖ ਲੈ ਢੱਕਣ ਤੋਂ ਬਗੈਰ ਜੇ ਹਵਰ ਦੇ ਪਾਵੇ ਚੱਲ ਜਾਂਦਾ ਇਹ ਕੀ ਚੀਜ਼ ਹੈ ਇਹ ਚੀਜ਼ ਤੇ ਨਾ ਸਰ ਵਿਖਾਉਣੀ ਆ ਅੱਛਾ ਧਨੀਆ ਨਹੀਂ ਇਹ ਕੀ ਚੀਜ਼ ਗੈਸ ਕਰ ਗੈਸ ਕਰ ਪਤਾ ਨਹੀਂ ਮੈਨੂੰ ਕੀ ਪਤਾ ਕੀ ਸ਼ਹਿਰੀ ਬਾਬੂ ਨਹੀਂ ਮੈਂ ਸ਼ਹਿਰੀ ਬਾਬੂ ਕੋਈ ਨਹੀਂ ਮੈਂ ਹੀ ਪਿੰਡ ਦਾ ਮੈਂ ਪਹਿਲੀ ਵਾਰ ਵੇਖਦਾ ਪਿਆ ਪਤਾ ਨੀ ਕੀ ਚੀਜ਼ ਹੈ ਨਾਜ਼ਰੀਨ ਤੁਸੀਂ ਕਮੈਂਟ ਹੈ ਦੱਸੋ ਕੀ ਚੀਜ਼ ਹੈ ਕਿਹੜੀ ਚੀਜ਼ ਹੈ ਮੈਨੂੰ ਤਾਂ ਕੋਈ ਨਹੀਂ ਸਮਝ ਲੱਗ ਰਹੀ ਕੋਈ ਬੰਦਾ ਦੱਸ ਦੇਵੇ ਨਕਦ ਯਾਰ ਆ ਵੇਖੋ ਨਾ ਨਕਦ 100 ਰੁਪਏ ਭਾਈ ਤੈਨੂੰ ਪਤਾ ਤੂੰ ਕਾਸ਼ਤ ਕੀਤੀ ਹੋਈ ਹੈ ਤੂੰ ਇਹ ਪੰਗੇ ਲੈਣਾ ਸਬਜ਼ੀਆਂ ਵਾਲੇ ਸਾਰੇ ਤੈਨੂੰ ਪਤਾ ਹੈ ਬਈ ਕਿਸ ਚੀਜ਼ ਦਾ ਬੀਜ ਹੈ ਕਿਸ ਚੀਜ਼ ਤੋਂ ਹੈ ਸਾਰੇ ਪੰਗੇ ਲੈਣ ਨਾਲ ਹੀ ਪਤਾ ਚੱਲਦਾ ਹਾਂ ਤੇ ਸਾਨੂੰ ਨਹੀਂ ਨਾ ਪਤਾ ਸਾ ਵਿਚਾਰੇ ਇਸ ਕੰਮ ਵਿੱਚ ਸਾਨੂੰ ਸੌਰੀ ਕਾ ਇਹਨੇ ਇਸ ਤੋਂ ਵੱਡਾ ਸਰਪ੍ਰਾਈਜ਼ ਆ ਅੱਛਾ ਕਰ ਪਾਣੀ ਆ ਗਿਆ ਪਾਣੀ ਆ ਗਿਆ ਤੇ ਮੋੜੇ ਇੱਥੇ ਕਿਉਂ ਨਹੀਂ ਪਾਣੀ ਆਇਆ ਇਸ ਸਾਈਡ ਆ ਇਹ ਆਇਆ ਉੱਤਾਂ ਚੜਿਆ ਹੁਣ ਅਰਸ਼ ਵਿੱਚ ਅੱਛਾ ਨਾਜ਼ਰੀਨ ਭਾਈ ਹੋਰੀ ਦੱਸ ਰਹੇ ਦਰਿਆ 'ਚ ਪਾਣੀ ਆ ਗਿਆ ਤੁਹਾਨੂੰ ਲਾਈਵ ਵਿਖਾਈਨੇ ਆ ਪਾਣੀ ਸਾਰਾ ਦੇਖ ਰਿਹਾ ਪਾਣੀ ਹੁਣੇ ਜਾ ਰਿਹਾ ਉਸ ਪੋਲੇ ਚ ਗੁਜ਼ਰ ਕੇ ਇਹ ਕਹਿ ਰਹੇ ਭਾਈ ਬਾਰਿਸ਼ਾਂ ਦੀ ਵਜ੍ਹਾ ਤੋਂ ਜਿਹੜਾ ਸਾਰਾ ਪਾਣੀ ਹੈ ਨਾ ਇਹ ਦਰਿਆ 'ਚ ਆ ਗਿਆ ਬਾਕੀ ਪਹਿਲੇ ਅਸੀਂ ਇਸ ਤੋਂ ਚੰਦ ਦਿਨ ਪਹਿਲੇ ਆਇਆ ਸੀ ਮਾਹ ਰਮਜ਼ਾਨ ਦੇ ਵਿੱਚ ਉਹਲੇ ਬਿਲਕੁਲ ਦਰਿਆ ਖੁਸ਼ਕ ਆਏ ਤੇ ਹੁਣ ਇਹ ਪਿੱਛੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਨਵਾਂ ਤਰੀਕਾ ਕਾਰ ਪਾਣੀ ਲਾਉਣ ਦਾ ਸਾਡੇ ਅੱਛਾ ਜਿਹੜੀ ਇਹ ਸਟਾਵਰੀਨ ਤੁਸੀਂ ਪਾਣੀ ਲੈਂਦੇ ਹੋ ਇਹ ਇਸ ਤਰ੍ਹਾਂ ਮਤਲਬ ਪਾਣੀ ਪਾਣੀ ਵਾਲਾ ਸਾਰਾ ਨਿਜ਼ਾਮ ਆ ਸਾਡਾ ਵਾਹ ਬੜਾ ਤੁਹਾਡਾ ਜੁਗਾੜ ਹੈ ਯਾਰ ਇਹਨਾਂ ਦਾ ਜੁਗਾੜ ਭਾਈ ਇਹਨਾਂ ਦਾ ਜੁਗਾੜ ਚੈੱਕ ਕਰੋ ਆਹ ਇਹਨਾਂ ਪੈਂਪ ਰੱਖੇ ਹੋਣ ਜਿਹੜੇ ਸਟਾਵਰੀ ਇਹਨਾਂ ਜਿਹੜੀ ਫਸਲਾਂ ਇਹਨਾਂ ਨੂੰ ਪਾਣੀ ਦੇਵਣ ਵਾਸਤੇ ਇਹਨਾਂ ਦਾ ਪਤਾ ਹੀ ਕੀ ਇੰਤਜ਼ਾਮ ਹੈ ਆਹ ਪੈਪ ਚੈੱਕ ਕਰ ਰਹੇ ਹੋ ਖੇਤ ਅਸੀਂ ਪਾਣੀ ਦੇਵਣਾ ਬਾਕੀ ਇਹ ਸਾਰਾ ਪਲਾਸਟਿਕ ਦਾ ਪੈਪ ਜਿਹੜਾ ਹੈ ਇਹ ਅੱਗਾਂ ਹੈ ਇਸ ਜਿਹੜੀ ਨਾਲ ਹੈ ਲੋਹੇ ਦੀ ਇਸ ਨਾਲ ਉੱਤੇ ਮਤਲਬ ਇਹਨੇ ਫਿਕਸ ਕੀਤਾ ਹੋਇਆ ਚਾੜੇ ਹੋਇਆ ਅਤੇ ਬਾਕੀ ਇਹ ਨਾਲ ਟਰਬਾਈਨ ਮੋਟਰ ਇਹ ਸੋਲਰ 'ਤੇ ਚੱਲਦੀ ਹੈ ਅੱਛਾ ਇਹ ਸੋਲਰ 'ਤੇ ਚੱਲਦੀ ਹੈ ਟਰਬਾਈਨ ਜਿਹੜਾ ਪਾਣੀ ਆ ਥੱਲੇ ਪੈਪ ਜਾ ਰਿਹਾ ਜਿਹੜਾ ਹੁਣ ਦਰਿਆ 'ਚ ਪਾਣੀ ਜਾਂ ਇਸ ਮੋਗੀ ਇਸ ਟੋੜੇ ਜਿਹੜਾ ਤਲਾਬ ਵਿੱਚ ਪਾਣੀ ਖੜੋ ਸੀ ਇਹ ਉਹਨੂੰ ਛਿੱਕ ਕੇ ਇਸ ਪੈਪ ਦੇ ਜ਼ਰੀਏ ਬਾਕੀ ਸਾਰੀ ਫਸਲਾਂ ਤਾਂ ਜਾ ਸੀ ਬੜਾ ਹੀ ਨਾ ਕੋਈ ਇਹ ਕੀ ਚੀਜ਼ ਹੈ ਮਿੱਟੀ ਦਾ ਤੋਤਾ ਹੈ ਬਾਕੀ ਜਿਹੜਾ ਨਾ ਹੁਣ ਪਾਣੀ ਆ ਰਿਹਾ ਨਾ ਬਾਰਿਸ਼ਾਂ ਦਾ ਅਤੇ ਜਿਹੜਾ ਰਸਤੇ 'ਚ ਆ ਰਹੀ ਹੈ ਇਸ ਚੀਜ਼ ਉਹ ਦਰਿਆ ਉਹਨੂੰ ਨਾਲ ਆਪਣੇ ਲੈ ਕੇ ਆ ਰਹੀ ਹੈ ਅੱਛਾ ਇਹ ਜਿੱਥੇ ਹੁਣ ਪਰੋ ਹੈ ਨਾ ਪਰਲੇ ਨੁੱਕਰ ਅੱਛਾ ਪਹਿਲਾ ਜਿਹੜਾ ਦੂਸਰਾ ਕਿਨਾਰਾ ਹੈ ਦੂਸਰਾ ਕਿਨਾਰਾ ਇਸ ਤੋਂ ਭਰਾ ਭਰਾ ਦਰਿਆ ਅੱਛਾ ਜਿਹੜੀ ਉੱਚੀ ਜਗ੍ਹਾ ਨਾ ਨੀਵੀਂ ਆਈ ਇਹ ਸਾਰਾ ਮਤਲਬ ਇਹ ਪਿੱਛੋਂ ਜਿੱਥੋਂ ਤੱਕ ਦਰਿਆ ਚੱਲ ਰਿਹਾ ਹਾਂ ਇੱਥੇ ਸਾਰਾ ਕਮਾਂਦ ਆਏ ਬੇਲੀ ਮੇਰੇ ਦਾ ਕਮਾਂਦ ਦੀ ਫਸਲ ਆਈ ਉਹ ਆ ਵਿਚਾਰੇ ਦਾ ਨੁੱਕਰ ਤੇ ਹਾਲੇ ਵੀ ਕੋਈ ਕਮਾਂਦ ਖਲੋਤਾ ਸਾਰਾ ਅੱਛਾ ਸਾਰਾ ਦਰਿਆ ਦੇ ਚ ਆ ਗਿਆ ਅਰਸ਼ ਵਿੱਚ ਆ ਆਸਾਂ ਖਰਬੂਜ਼ ਹੀ ਲਾਏ ਨਹੀਂ ਯਾਰ ਇਹ ਤੁਸੀਂ ਹਵੇਂ ਅਫੀਮ ਤੇ ਨਹੀਂ ਕਾਸ਼ਤ ਕੀਤੀ ਹੋਈ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਜਿਹੜਾ ਉਹ ਫੋਨ ਦਾ ਹਾਂ ਫਰਕ ਦੱਸਾਂ ਅੱਛਾ ਇਹ ਬਾਜਨ ਗਾਜਰ 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 ਇਹ ਗਾਜਰ ਦਾ ਬੀਜ ਯਾਰ ਨਾ ਮਜ਼ਾਕ ਕਰ ਭਾਈ ਗਾਜਰ ਹੈ ਚੈੱਕ ਕਰ ਗਾਜਰ ਜ਼ਮੀਨ ਹੈ ਕਾਸ਼ਤ ਹੁੰਦੀ ਇਤਨੀ ਦੇ ਅਸਾਂ ਹੀ ਪੜੀ ਹੈ ਭਾਈ ਜਾਨ ਇਹ ਬੀਜ ਹੈ ਨਾ ਬੀਜ ਇਹ ਵੇਖ ਅੱਛੇ ਗਾਜਰ ਦਾ ਬੀਜ ਹੈ ਹਾਂਜੀ ਇਹ ਗਾਜਰ ਦਾ ਬੀਜ ਹੈ ਤੇ ਇਹਨੂੰ ਫਿਰ ਕਿਸ ਤਰ੍ਹਾਂ ਜ਼ਮੀਨ ਹੈ ਕਾਸ਼ਤ ਕਰਦੇ ਤਾਂ ਫਿਰ ਉਹ ਹਾਂ ਜਿਸ ਤਰ੍ਹਾਂ ਜੜ ਬਣ ਜਾਂਦੀ ਹੈ ਤੇ ਇਹ ਗਾਜਰ ਦਾ ਬੀਜ ਇਹਨਾਂ ਬੀਜ ਬਣ ਰਿਹਾ ਵਿੱਚ ਅੱਛਾ
ਹਾਂਜੀ ਇਹ ਬੀਜ ਬਣ ਰਿਹਾ ਵੇ। ਅੱਛਾ ਜੀ ਹਾਂ ਇਹ ਗਾਜਰਾਂ ਦਾ ਬੀਜ ਆ ਵੇ। ਅੱਛਾ ਤੇ ਇਹ ਮੂਲੀਆਂ ਦਾ ਵੇ, ਆ ਜਿਹੜੇ ਸਫੈਦ ਫੁੱਲ ਨਜ਼ਰ ਆ ਰਹੇ ਨੇ ਇਹ ਮੂਲੀਆਂ ਦੇ ਹੀ ਨੇ ਜੀ। ਹਾਂ ਧਨੀਆ ਵਿੱਚ ਨੇ ਗੁੱਛਾ ਇਹ ਹੀ। ਅੱਛਾ ਸੇਮ ਹੀ ਹੈ ਸਾਰਾ। ਇਹ ਜਿਹੜਾ ਇਹ ਐਕਸਟਰਾ ਲਾਰਜ ਐਸਾ ਖੁੱਥਾ ਨਾ ਹੋਏ, ਇਸ ਤੋਂ ਵੱਡਾ ਕੋਈ ਮਿਲਿਆ ਤੁਹਾਨੂੰ? ਹੈਂ ਐਕਸਟਰਾ ਲਾਰਜ। ਸੁਭਾਨ ਅੱਲਾ ਓ ਯਾਰ ਅੱਲਾ।